ਤੇ ਸਾਡਾ ਅਗਲਾ ਗੱਭਰੂ ਆ ਜੀ ਹਰਪ੍ਰੀਤ ਸਿੰਘ ਇਹਦੇ ਕੋ ਐਕਟਰ ਨੇ ਹਿਮਾਂਸ਼ੂ ਇਹਨਾਂ ਦੀ ਝਲਕੀ ਹੈ ਜੀ ਖੇਤੀ ਤੋਂ ਮੁੱਖ ਮੋੜਨ ਵਾਲੇ ਮੁੰਡੇ ਦੀ ਜੱਸੀ ਜੱਸੀ ਕਿੱਥੇ ਗਿਆ ਓਏ ਇਹਨੂੰ ਛੱਡ ਪਹਿਲਾਂ ਮੇਰੀ ਗੱਲ ਸੁਣਦਾ ਕੀ ਹੋਇਆ ਉਹ ਮੈਨੂੰ ਹੁਣੇ ਡਾਕਟਰ ਦਾ ਫੋਨ ਆਇਆ ਬੇਬੇ ਤਬੀਅਤ ਬਹੁਤ ਖਰਾਬ ਹੋ ਗਈ ਆ ਹੋ ਸਕਦਾ ਅੱਜ ਰਾਤ ਮੈਨੂੰ ਹਸਪਤਾਲ 'ਚ ਹੀ ਰਹਿਣਾ ਪਵੇ ਤੂੰ ਇੱਕ ਕੰਮ ਕਰਨਾ ਅੱਜ ਰਾਤ ਨੂੰ ਆਪਣੀ ਵਾਰੀ ਆ ਜਾ ਕੇ ਖੇਤਾਂ ਨੂੰ ਪਾਣੀ ਲਾਇਆ ਯਾਦ ਨਾਲ ਉਹ ਮੈਂ ਨਹੀਂ ਜਾਣਾ ਚਾਹੁੰਦਾ ਭਾਈ ਆ ਖੇਤੀ ਕੁੱਤੀ ਮੈਨੂੰ ਪਸੰਦ ਨਹੀਂ ਹੈਗੀ ਕਿਉਂ ਕੀ ਹੋਇਆ ਖੇਤੀ ਨੂੰ ਕਿਉਂ ਨਹੀਂ ਪਸੰਦ ਤੈਨੂੰ ਖੇਤੀ ਉਹ ਮੈਂ ਚੰਡੀਗੜ੍ਹ ਵਿੱਚ ਪੜਿਆ ਲਿਖਿਆ ਤੇਰੋ ਬਈ ਆਪਣੇ ਥੱਲੇ ਕੰਮ ਕਰਦੇ ਨੇ ਉਹ ਮੈਂ ਕਿਉਂ ਮਿੱਟੀ ਵਿੱਚ ਰੁਲਾ ਤੂੰ ਕਰ ਲੈ ਜੋ ਕਰਨਾ ਫਿਰ ਚੱਲ ਜੱਸੀ ਇਦਾਂ ਕਰਦੇ ਆ ਜੇ ਤੇਥੋਂ ਖੇਤੀ ਨਹੀਂ ਹੁੰਦੀ ਤਾਂ ਆਪਾਂ ਕੰਮ ਵੰਡ ਲੈਂਦੇ ਆ ਹੌਲੀ ਹੌਲੀ ਤੇਰਾ ਆਪੇ ਇੰਟਰਸਟ ਪੈ ਜੂਗਾ ਖੇਤੀ 'ਚ ਹਾਂ ਭਰਾ ਇਹ ਗੱਲ ਤੂੰ ਬੜੀ ਸਹੀ ਕੀਤੀ ਆਪਾਂ ਨਾ ਕੰਮ ਨਹੀਂ ਵੰਡਦੇ ਆਪਾਂ ਨਾ ਜ਼ਮੀਨ ਹੀ ਵੰਡ ਲੈਂਦੇ ਜੱਸੀ ਓਏ ਮੈਨੂੰ ਤੇਥੋਂ ਇਹ ਉਮੀਦ ਨਹੀਂ ਸੀ ਓਏ ਮੈਂ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਮੇਰਾ ਛੋਟਾ ਭਰਾ ਵੱਖ ਹੋਣ ਦੀ ਗੱਲ ਕਰੂਗਾ ਵੇਖ ਜੱਸੀ ਮੈਂ ਤੈਨੂੰ ਆਪਣੇ ਛੋਟੇ ਵੀਰ ਵਾਂਗ ਨਹੀਂ ਬਲਕਿ ਆਪਣੇ ਪੁੱਤਾਂ ਵਾਂਗ ਪਾਲਿਆ ਪੜ੍ਹਾਇਆ ਲਿਖਾਇਆ ਓਏ ਮੈਂ ਆਪਣੇ ਸਾਰੇ ਸ਼ੌਂਕ ਮਾਰ ਕੇ ਤੇਰੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਕੀਤੀਆਂ ਨੇ ਜੱਸੀ ਮੇਰੇ ਬਾਈ ਤੇਰੇ ਅੱਗੇ ਹੱਥ ਜੋੜਦਾ ਇਹ ਗੱਲਾਂ ਨਾ ਕਰ ਦੇਖ ਭਰਾ ਮੈਂ ਨਾ ਫੈਸਲਾ ਲੈ ਲਿੱਤਾ ਹੁਣ ਮੈਨੂੰ ਬਸ ਜ਼ਮੀਨ 'ਚ ਹਿੱਸਾ ਚਾਹੀਦਾ ਬਸ ਮੈਨੂੰ ਹੋਰ ਕੋਈ ਗੱਲ ਨਹੀਂ ਸੁਣਨੀ ਬਸ ਦੇਖ ਜੱਸੀ ਮੇਰੀ ਗੱਲ ਸੁਣ ਜੇ ਤੂੰ ਨੌਕਰੀ ਨਹੀਂ ਕਰਨੀ ਨਾ ਕਰ ਕੁਛ ਨਾ ਕਰ ਆਪਾਂ ਦੋ ਨੌਕਰ ਹੋਰ ਰੱਖ ਲਾਂਗੇ ਕੰਮ ਕਰਨ ਨੂੰ ਪਰ ਮੇਰੇ ਬਾਈ ਹੱਥ ਜੋੜਦਾ ਆਹ ਗੱਲਾਂ ਨਾ ਕਰ ਓਏ ਬੇਬੇ ਪਹਿਲਾਂ ਹੀ ਹਸਪਤਾਲ 'ਚ ਬਿਮਾਰ ਪਈ ਹੈ ਉਹ 'ਚ ਬੇਬੇ ਨੂੰ ਪਤਾ ਲੱਗ ਗਿਆ ਕਿ ਜੱਸੀ ਇੱਦਾਂ ਦੀਆਂ ਗੱਲਾਂ ਕਰ ਰਿਹਾ ਤਾਂ ਬੇਬੇ 'ਤੇ ਕੀ ਬੀਤੂਗੀ ਉਹ ਦੇਖ ਮੇਰਾ ਦਿਮਾਗ ਖਰਾਬ ਨਾ ਕਰ ਯਾਰ ਹੁਣ ਮੈਂ ਤੈਨੂੰ ਕਹਿਤਾ ਨਾ ਬੇਬੇ ਜੋ ਮਰਜ਼ੀ ਸੋਚੇ ਮੈਨੂੰ ਮੇਰਾ ਹਿੱਸਾ ਚਾਹੀਦਾ ਬਸ ਤੂੰ ਮੇਰਾ ਵੱਡਾ ਭਰਾ ਨਹੀਂ ਹੁੰਦਾ ਨਾ ਤੂੰ ਦੇਖ ਲੈਂਦਾ ਮੈਂ ਜਾ ਰਿਹਾ ਨਹੀਂ ਜੱਸੀ ਜੱਸੀ ਬਾਪੂ ਅੱਜ ਮੈਂ ਹਾਰ ਗਿਆ ਬਾਪੂ ਅੱਜ ਮੈਂ ਹਾਰ ਗਿਆ ਤੂੰ ਤਾਂ ਮੈਨੂੰ ਛੱਡ ਕੇ ਚਲਾ ਗਿਆ ਬਾਪੂ ਪਰ ਜੇ ਹੁਣ ਬੇਬੇ ਨੂੰ ਕੁਛ ਹੋ ਗਿਆ ਤਾਂ ਮੈਂ ਕੀ ਕਰੂੰਗਾ ਮੈਂ ਕੀ ਕਰੂੰਗਾ ਬਾਪੂ ਮੈਂ ਕੀ ਕਰੂੰਗਾ ਬਾਪੂ